ਕਹਾਣੀ ਇੱਕ ਨੋਵਲ ਦੀ ਡਾਕਟਰ ਦਲੀਪ ਕੋਟਿਵਾਣਾ ਦਾ ਨੋਵਲ ਜਨਮ ਜੂਏ ਹਾਰਿਆ ਹਰ ਔਰਤ ਹਰ ਕੁੜੀ ਲਈ ਪੜਨ ਯੋਗ ਸੁਣਨ ਯੋਗ ਨੋਵਲ ਪਹਿਲਾ ਸਵੇਰੇ ਸਵੇਰੇ ਚੈਰੀ ਦੇ ਫੋਨ ਦੀ ਘੰਟੀ ਵੱਜੀ ਹੈਲੋ ਡ੍ਰੈਸਿੰਗ ਟੇਬਲ ਦੇ ਮੋਰੇ ਬੈਠੀ ਚੈਰੀ ਨੇ ਕਰੀਮ ਵਾਲੀ ਸ਼ੀਸ਼ੀ ਪਰਾਂ ਰੱਖਦੇ ਹੋ ਫੋਨ ਚੁੱਕ ਕੇ ਆਖਿਆ ਮੈਂ ਪੂਜਾ ਬੋਲਦੀ ਆਂ ਚੈਰੀ ਸਾਡੀ ਬਦਲੀ ਪਟਿਆਲੇ ਦੀ ਹੋ ਗਈ ਐ ਬੱਚਿਆਂ ਨੂੰ ਵੀਪੀਐਸ ਚ ਦਾਖਲ ਕਰਾਉਣਾ ਹੋਏਗਾ ਮੈਂ ਆਨੰਦ ਸਾਹਿਬ ਨੂੰ ਆਖ ਦਿੱਤਾ ਸੀ ਕਿ ਚੈਰੀ ਆਪੇ ਕਰਵਾ ਦੇਗੀ ਫਿਕਰ ਕਰਨ ਦੀ ਲੋੜ ਨਹੀਂ ਪੂਜਾ ਨੇ ਦੱਸਿਆ ਇਹ ਤਾਂ ਬੜੀ ਵਧੀਆ ਗੱਲ ਐ ਕਿ ਆਨੰਦ ਸਾਹਿਬ ਹੁਣ ਪਟਿਆਲੇ ਦੇ ਐਸਪੀ ਹੋਣਗੇ ਪੁਲਿਸ ਵਾਲਿਆਂ ਲਈ ਤਾਂ ਕੋਈ ਵੀ ਕੰਮ ਔਖਾ ਨਹੀਂ ਹੁੰਦਾ ਹੁਣ ਜੋ ਸਾਡੇ ਸਕੂਲ ਦਾ ਨਾਂ ਇੰਨਾ ਬਣ ਗਿਆ ਕਿ ਪ੍ਰਿੰਸੀਪਲ ਹੁਣ ਕਿਸੇ ਦੀ ਵੀ ਪਰਵਾਹ ਨਹੀਂ ਕਰਦੀ ਖੈਰ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਮੇਰੇ ਨਾਲੋਂ ਠੀਕ ਐ ਬੱਚੇ ਕਿਹੜੀ ਕਿਹੜੀ ਕਲਾਸ ਚ ਹੋ ਗਏ ਨੇ ਚੈਰੀ ਨੇ ਪੁੱਛਿਆ ਬੇਟੀ ਰੇਨੂ 9 ਇੰਚ ਤੇ ਬੇਟਾ ਸਮਰ 7 ਇੰਚ ਉਹ ਪੜਨ ਚ ਠੀਕ ਨਹੀਂ ਪੂਜਾ ਦੱਸ ਰਹੀ ਸੀ ਤੇਰੇ ਵਾਂਗ ਤੇਰੇ ਬੱਚੇ ਲਾਇਕ ਤਾਂ ਹੋਣਗੇ ਮੇਰੇ ਤਾਂ ਦੋਵੇਂ ਬੱਚੇ ਮੇਰੇ ਵਰਗੇ ਹੀ ਹਨ ਪੜਾਈ ਤੋਂ ਬਿਨਾ ਬਾਕੀ ਹਰ ਇੱਕ ਕੰਮ ਚ ਸਭ ਤੋਂ ਅੱਗੇ ਅਸਲ ਚ ਪ੍ਰਕਾਸ਼ ਹੋਰੀ ਨਹੀਂ ਨਾ ਟਾਈਮ ਦਿੰਦੇ ਉਹਨਾਂ ਲਈ ਤਾਂ ਅਸੀਂ ਐਗਜ਼ਿਸਟ ਹੀ ਨਹੀਂ ਕਰਦੇ ਜੇਲ ਕੈਦੀ ਤੇ ਕਿਤਾਬਾਂ ਹੀ ਉਹਨਾਂ ਦੀ ਸਾਰੀ ਜ਼ਿੰਦਗੀ ਬਣ ਗਈਆਂ ਨੇ ਮੇਰਾ ਨਹੀਂ ਖਿਆਲ ਕੋਈ ਹੋਰ ਜਿਲਰ ਆਪਣੀ ਨੌਕਰੀ ਨੂੰ ਇੰਉਂ ਲੈਂਦਾ ਹੋਏਗਾ ਚੈਰੀ ਨੇ ਆਪਣੀ ਸਹੇਲੀ ਪੂਜਾ ਨੂੰ ਆਪਣਾ ਦੁੱਖ ਦੱਸਿਆ ਬੰਦਾ ਕਿਸੇ ਆਰੇ ਲੱਗਿਆ ਹੀ ਚੰਗਾ ਹੁੰਦਾ ਹੈ ਚੈਰੀ ਨਹੀਂ ਤਾਂ ਔਰਤ ਦਾ ਜੀਣਾ ਦੁੱਬਰ ਕਰ ਦਿੰਦਾ ਹੈ ਪੂਜਾ ਆਖ ਰਹੀ ਸੀ ਚਲੋ ਇਹ ਗੱਲਾਂ ਫੇਰ ਕਰਾਂਗੇ ਮੈਨੂੰ ਦੱਸੋ ਬੱਚਿਆਂ ਨੂੰ ਦਾਖਲ ਕਰਾਉਣ ਕਦੋਂ ਆ ਰਹੇ ਹੋ ਕਦੋਂ ਆਈਏ ਪੂਜਾ ਨੇ ਪੁੱਛਿਆ ਸੋਮਵਾਰ ਆਜੋ 10 ਵਜੇ ਚੈਰੀ ਨੇ ਦੱਸਿਆ ਤੇ ਨਾਲ ਆਖਣ ਲੱਗੀ ਪ੍ਰਕਾਸ਼ ਜਦੋਂ ਘਰ ਆਏ ਪੁੱਛ ਕੇ ਮੈਂ ਫੋਨ ਕਰ ਦਿਆਂਗੀ ਕਿ ਤੁਸੀਂ ਸਾਡੇ ਵੱਲ ਖਾਣੇ ਤੇ ਕਦੋਂ ਆਉਣਾ ਹੈ ਫਾਰਮੈਲਿਟੀ ਦੀ ਲੋੜ ਨਹੀਂ ਅਸੀਂ ਆਪੇ ਕਿਸੇ ਦਿਨ ਆਵਾਂਗੇ ਫਾਰਮੈਲਿਟੀ ਨਹੀਂ ਮੈਨੂੰ ਪ੍ਰਕਾਸ਼ ਨੂੰ ਦੱਸਣਾ ਪੈਣਾ ਹੈ ਕਿ ਉਹ ਉਸ ਵੇਲੇ ਘਰ ਰਹੇ ਨਹੀਂ ਤਾਂ ਪਤਾ ਨਹੀਂ ਕਿਹੜੇ ਵੇਲੇ ਜੇਲ੍ਹ ਤੋਂ ਫੋਨ ਆ ਜਾਏ ਤੇ ਉਹਨੇ ਉਸੇ ਵੇਲੇ ਤੁਰ ਪੈਣਾ ਹੈ ਜੇਲ੍ਹ 'ਚ ਭਾਵੇਂ ਕਿਸੇ ਦੇ ਢਿੱਡ ਪੀੜ ਹੋਵੇ ਜਾਂ ਸਿਰ ਪੀੜ ਫੋਨ ਡਾਕਟਰ ਦੀ ਥਾਂ ਇਹਨਾਂ ਨੂੰ ਆ ਜਾਂਦਾ ਹੈ ਜੇਲ੍ਹ 'ਚ ਭਾਵੇਂ ਲੜਾਈ ਝਗੜਾ ਹੋ ਜਾਏ ਜਾਂ ਸ਼ਰਾਬ ਅਫੀਮ ਦੀ ਸਮਗਲਿੰਗ ਦੀ ਕੋਈ ਗੱਲ ਜਾਂ ਕਿਸੇ ਦੇ ਆਰ ਪਰਿਵਾਰ ਦੀ ਕੋਈ ਸਮੱਸਿਆ ਵਾਲਾ ਖਾਤਾ ਪਹੁੰਚੇ ਜਾਂ ਕੋਈ ਮੁਲਾਕਾਤੀ ਦੁੱਖ ਦਰਦ ਦੱਸਣ ਲੱਗ ਜਾਈ ਸਭ ਲਈ ਜੇਲਰ ਸਾਹਿਬ ਹਾਜ਼ਰ ਹੁੰਦੇ ਨੇ ਇਸੇ ਲਈ ਘਰ ਦੀ ਹਰੇਕ ਗੱਲ ਕਰਦਾ ਹਰੇਕ ਕੰਮ ਉਹਨਾਂ ਨੂੰ ਖਾਸ ਦੱਸਣਾ ਤੇ ਯਾਦ ਕਰਾਉਣਾ ਪੈਂਦਾ ਚੈਰੀ ਨੇ ਦੱਸਿਆ ਐਡੇ ਕੰਮ ਦੇ ਬੰਦਿਆਂ ਦੀਆਂ ਵੀ ਤੂੰ ਚੈਰੀ ਸ਼ਿਕਾਇਤਾਂ ਲਗਾ ਰਹੀ ਹੈ ਇੱਧਰ ਸਾਡੇ ਆਨੰਦ ਸਾਹਿਬ ਹੈ ਕਿ ਬਹੁਤੇ ਕੰਮ ਟੈਲੀਫੋਨ ਉੱਤੇ ਹੀ ਭੁਗਤਾ ਦਿੰਦੇ ਫਿਰ ਵੀ ਅਸੀਂ ਕਦੀ ਗਿਲਾ ਨਹੀਂ ਕਰਦੇ ਪੂਜਾ ਹੱਸ ਕੇ ਬੋਲੀ ਇੰਉਂ ਕਰਦੇ ਆ ਫਿਰ ਆਪਾਂ ਹਸਬੈਂਡ ਵਟਾ ਲੈਨੇ ਆ ਚੈਰੀ ਨੇ ਸ਼ਰਾਰਤ ਵਾਂਗ ਆਖਿਆ ਨਾ ਬਬਾ ਸਾਡੇ ਸ਼ਾਸਤਰ ਤਾਂ ਆਖਦੇ ਨੇ ਔਰਤ ਮਰਦ ਦਾ ਸਬੰਧ ਕੋਈ ਇੱਕ ਜਨਮ ਦਾ ਨਹੀਂ ਹੁੰਦਾ ਚੰਗੇ ਮਾੜੇ ਸਾਨੂੰ ਤਾਂ ਆਪਣੇ ਆਨੰਦ ਸਾਹਿਬ ਹੀ ਠੀਕ ਨੇ ਪੂਜਾ ਨੇ ਹੱਸ ਕੇ ਆਖਿਆ ਕੱਲ ਫਿਰ ਆ ਜਾਣਾ ਬੱਚਿਆਂ ਨੂੰ ਲੈ ਕੇ ਮੈਂ ਉਹ ਦੇਖਾਂਗੀ ਅੱਛਾ ਚੈਰੀ ਬਾਈ ਬਾਹਰਲੇ ਦਰਵਾਜ਼ੇ ਦੀ ਘੰਟੀ ਵੱਜੀ ਹੈ ਬਾਰਲੇ ਦਰਵਾਜ਼ੇ ਦੀ ਘੰਟੀ ਵੱਜੀ ਤਾਂ ਪੂਜਾ ਟੈਲੀਫੋਨ ਰੱਖ ਕੇ ਬਾਹਰ ਖੋਲਣ ਚਲੀ ਗਈ। ਮਾਲੀ ਗਮਲਿਆਂ ਚ ਲਾਉਣ ਲਈ ਫੁੱਲ ਲਈ ਖੜਾ ਸੀ। ਆਪਣੇ ਬਾਗੀਚੇ ਦੇ ਨੇ। ਪੂਜਾ ਨੇ ਪੁੱਛਿਆ, "ਨਹੀਂ ਮੇਮ ਸਾਹਿਬ, ਪਹਿਲੀ ਮੇਮ ਸਾਹਿਬ ਸਾਰੀ ਬਾਗੀਚੀ ਵਿੱਚ ਸਬਜ਼ੀਆਂ ਉਗਾਉਣ ਲਈ ਕਹਿੰਦੀ ਸੀ। ਇਸੇ ਲਈ ਫੁੱਲਾਂ ਨੂੰ ਫੁੱਲਾਂ ਦੇ ਬੂਟੇ ਬਹੁਤ ਨਹੀਂ ਹੈ। ਇਹ ਫੁੱਲ ਤਾਂ ਮੈਂ ਸਾਤਫਲੀ ਕੋਠੀ ਦੇ ਬਾਗੀਚੇ ਵਿੱਚੋਂ ਲਾਇਆ ਹਾਂ।" ਫੁੱਲ ਫੜਾਉਂਨਿਆ ਮਾਲੀ ਨੇ ਦੱਸਿਆ। "ਅਗੇ ਸੇ ਸਬਜ਼ੀਆਂ ਘੱਟ ਔਰ ਫੁੱਲ ਜ਼ਿਆਦਾ ਉਗਾਣਾ।" ਪੂਜਾ ਨੇ ਮਾਲੀ ਨੂੰ ਦੱਸਿਆ ਮਨ 'ਚ ਸੋਚਦੀ ਰਹੀ ਪਤਾ ਨਹੀਂ ਲੋਕਾਂ ਨੂੰ ਆਪਣੇ ਘਰਾਂ 'ਚ ਫੁੱਲਾਂ ਤੋਂ ਬਿਨਾ ਕਿਵੇਂ ਸਰ ਜਾਂਦਾ ਹੈ ਉਹਨੇ ਤਾਂ ਫੁੱਲਾਂ ਦੀਆਂ ਤਸਵੀਰਾਂ ਵਾਲੀ ਕਿਤਾਬ ਵੀ ਖਰੀਦ ਰੱਖੀ ਸੀ ਜਸਟ ਲੱਭ ਲੱਭ ਕੇ ਉਹ ਮਾਲੀ ਨੂੰ ਫੁੱਲ ਬੀਜਣ ਲਈ ਆਖਦੀ ਰਹਿੰਦੀ ਉਹਦੇ ਘਰ 'ਚ ਫੁੱਲ ਮੋਲ ਦੇ ਵੀ ਬਹੁਤ ਸੀ ਫੁੱਲਾਂ ਨੂੰ ਜਿਵੇਂ ਉਹਦਾ ਪਾਣੀ ਦੇਣਾ ਮਨ ਹੀ ਮਨ ਉਹਨਾਂ ਨਾਲ ਗੱਲਾਂ ਕਰਨਾ ਚੰਗਾ ਲੱਗਦਾ ਸੀ ਐਸਪੀ ਆਨੰਦ ਨੂੰ ਵਾਟੀ ਦੇ ਸ਼ੌਕ 'ਚ ਕੋਈ ਦਿਲਚਸਪੀ ਨਹੀਂ ਸੀ ਉਹਦੀ ਦਿਲਚਸਪੀ ਆਪਣੇ ਘਰ ਬਣਾਈ ਬਾਗ ਵਿੱਚ ਬਹੁਤ ਸਾਰੇ ਮਲਕਾਨੀਆਂ ਬਹੁਤ ਤਰ੍ਹਾਂ ਦੀਆਂ ਸ਼ਰਾਬ ਦੀਆਂ ਬੋਤਲਾਂ ਇਕੱਠੀਆਂ ਕਰਨ ਚ ਸੀ ਆਪਣੇ ਦੋਸਤਾਂ ਮਿੱਤਰਾਂ ਨੂੰ ਬੜੇ ਮਾਣ ਨਾਲ ਉਹ ਆਪਣਾ ਇਹ ਖਜ਼ਾਨਾ ਦਿਖਾਉਂਦਾ ਹੁੰਦਾ ਸੀ ਉਸੇ ਸ਼ਰਾਬ ਨੂੰ ਵਰਤਦਾ ਜਿਹਦੀ ਰਿਪਲੇਸਮੈਂਟ ਕਰ ਸਕਦਾ ਹੁੰਦਾ ਪੂਜਾ ਨੂੰ ਇਹ ਗੱਲ ਬਹੁਤ ਪਸੰਦਤਾ ਨਹੀਂ ਸੀ ਪਰ ਉਹ ਸੋਚਦੀ ਪੁਲਿਸ ਵਾਲਿਆਂ ਨੇ ਤਰ੍ਹਾਂ ਤਰ੍ਹਾਂ ਦੇ ਸਮਾਜ ਵਿਰੋਧੀ ਅੰਸਰਾਂ ਨਾਲ ਨਜਿੱਠਣਾ ਹੁੰਦਾ ਉਹਨਾਂ ਨੂੰ ਆਪਣੇ ਮਨ ਨੂੰ ਤਕੜਿਆਂ ਕਰਨ ਲਈ ਜਿਹੀਆਂ ਚੀਜ਼ਾਂ ਦਾ ਸਹਾਰਾ ਲੈਣਾ ਪੈਂਦਾ ਉਹ ਨੂੰ ਇਹ ਨਹੀਂ ਸੀ ਪਤਾ ਕਿ ਕੁਛ ਛਿਰ ਮਗਰੋਂ ਇਹ ਸਹਾਰਾ ਆਦਤ ਤੇ ਫਿਰ ਮਜਬੂਰੀ ਬਣ ਜਾਂਦਾ ਹੈ ਉਹ ਇਸੇ ਗੱਲੋਂ ਖੁਸ਼ ਸੀ ਕਿ ਉਹਦਾ ਪਤੀ ਸ਼ਰਾਬ ਪੀ ਕੇ ਖਰੂਦ ਨਹੀਂ ਕਰਦਾ ਉਹ ਬੱਚਿਆਂ ਦੀ ਪੜ੍ਹਾਈ ਤੇ ਘਰ ਦੇ ਖਰਚ ਲਈ ਪੈਸਿਆਂ ਦੀ ਕਦੇ ਤੰਗੀ ਨਹੀਂ ਸੀ ਆਉਣ ਦਿੰਦਾ ਸ਼ਾਮ ਨੂੰ ਉਹਨੇ ਐਸਪੀ ਆਨੰਦ ਨੂੰ ਦੱਸਿਆ ਕਿ ਸੋਮਵਾਰ ਨੂੰ ਬੱਚਿਆਂ ਨੂੰ ਵਾਈਪੀਐਸ ਦਾਖਲ ਕਰਾਉਣ ਜਾਣਾ ਚੈਰੀ ਕਰਵਾ ਦੇਗੀ ਤੂੰ ਚਲੀ ਜਾਇਂ ਚੈਰੀ ਉੱਥੇ ਹੋਏਗੀ ਮੇਰਾ ਮੇਰੀ ਕੋਈ ਜ਼ਰੂਰਤ ਨਹੀਂ ਐਸਪੀ ਆਨੰਦ ਨੇ ਆਖਿਆ ਨਹੀਂ ਤੁਹਾਨੂੰ ਹੀ ਜਾਣਾ ਪਵੇਗਾ ਮੈਂ ਸੋਮਵਾਰ ਦੀ ਅੱਖਾਂ ਵਾਲੇ ਡਾਕਟਰ ਤੋਂ ਅਪਾਇੰਟਮੈਂਟ ਲਈ ਹੋਈ ਹੈ ਪੂਜਾ ਬੁੱਲੀ ਅਪਾਇੰਟਮੈਂਟ ਕਿਸੇ ਹੋਰ ਦਿਨ ਦੀ ਲੈ ਲੈਣਾ ਐਸਪੀ ਆਨੰਦ ਨੇ ਆਖਿਆ ਹੁਣੇ ਨਹੀਂ ਹੋ ਸਕਦਾ ਮੇਰੀਆਂ ਅੱਖਾਂ 'ਚ ਰੜਕ ਪੈਂਦੀ ਰਹਿੰਦੀ ਹੈ ਪੂਜਾ ਬੁੱਲੀ ਚਲੋ ਜਿਵੇਂ ਹੁਕਮ ਬੇਗਮ ਦਾ ਆਨੰਦ ਨੇ ਹੱਸ ਕੇ ਆਖਿਆ ਅੰਗ ਦੂਸਰਾ ਸੋਮਵਾਰ ਨੂੰ ਐਸਪੀ ਆਨੰਦ ਆਪ ਬੱਚਿਆਂ ਦਾ ਦਾਖਲਾ ਕਰਾਉਣ ਵਾਈਪੀਐਸ ਸਕੂਲ ਗਿਆ ਚੈਰੀ ਪਹਿਲੇ ਗੈਸਟ ਰੂਮ ਚ ਬੈਠੀ ਇੰਤਜ਼ਾਰ ਕਰ ਰਹੀ ਸੀ ਕਿਉਂਕਿ 10 ਤੋਂ 11 ਦਾ ਉਹਦਾ ਪੀਰੀਅਡ ਫ੍ਰੀ ਹੁੰਦਾ ਸੀ ਹੈਲੋ ਚੈਰੀ ਜੀ ਕਿਵੇਂ ਹੋ ਐਸਪੀ ਆਨੰਦ ਨੇ ਆਖਿਆ ਠੀਕ ਆ ਪੂਜਾ ਨਹੀਂ ਆਈ ਚੈਰੀ ਨੇ ਪੁੱਛਿਆ ਉਹਨੇ ਅੱਖਾਂ ਦਿਖਾਉਣ ਡਾਕਟਰ ਦੇ ਜਾਣਾ ਸੀ ਕਈ ਸਾਲਾਂ ਬਾਅਦ ਤੁਹਾਨੂੰ ਦੇਖਿਆ ਤੁਸੀਂ ਅੱਗੇ ਤੋਂ ਵੀ ਵਧੀਆ ਲੱਗ ਰਹੇ ਹੋ ਐਸਪੀ ਆਨੰਦ ਨੇ ਮੁਸਕਰਾ ਕੇ ਆਖਿਆ ਵਧੀਆ ਦਾ ਕੀ ਮਤਲਬ ਚੈਰੀ ਨੇ ਹੱਸ ਕੇ ਪੁੱਛਿਆ ਮੈਂ ਕਹਿਣਾ ਤਾਂ ਬਿਊਟੀਫੁਲ ਚਾਹੁੰਦਾ ਸੀ ਬੱਚੇ ਜਿੱਕ ਗਿਆ ਮੈਂ ਹਾਂ ਹੀ ਵਧੀਆ ਯਾਨੀ ਬਿਊਟੀਫੁੱਲ ਲੱਗ ਕੀ ਰਹੀ ਆ ਚੈਰੀ ਨੇ ਉਸੇ ਤਰ੍ਹਾਂ ਹੱਸ ਕੇ ਮਜ਼ਾਕ ਵਾਂਗ ਆਖਿਆ ਤੇ ਫਿਰ ਬੋਲੀ ਤੁਹਾਡੇ ਬੱਚੇ ਬੜੇ ਪਿਆਰੇ ਐ ਹਾਂ ਮੇਰੇ ਵਰਗੇ ਜੋ ਹੋਏ ਐਸਪੀ ਆਨੰਦ ਨੇ ਫਿਰ ਹੱਸ ਕੇ ਆਖਿਆ ਹਾਂ ਤੁਹਾਡੇ ਵਰਗੇ ਹੀ ਹੋਣੇ ਸੀ ਹੋਰ ਗਵਾਂਡੀਆਂ ਵਰਗੇ ਤਾਂ ਨਹੀਂ ਸੀ ਹੋਣੇ ਚੈਰੀ ਨੇ ਵੀ ਅੱਗੋਂ ਮਜ਼ਾਕ ਕੀਤਾ ਮੈਂ ਇਹੀ ਸਮਝਦਾ ਕਿ ਮੇਰੇ ਵਰਗੇ ਨੇ ਅੱਗੋਂ ਤੁਹਾਡੀ ਸਹੇਲੀ ਪੂਜਾ ਨੂੰ ਪਤਾ ਹੋਵੇਗਾ ਐਸਪੀ ਆਨੰਦ ਨੇ ਫਿਰ ਹੱਸ ਕੇ ਆਖਿਆ ਮੇਰੀ ਸਹੇਲੀ ਤੁਹਾਡੇ ਪੁਲਸੀਆਂ ਵਰਗੀ ਨਹੀਂ ਉਹ ਪੱਕੀ ਸਨਾਤਨੀ ਲੜਕੀ ਹੈ ਮੈਂ ਉਹਨੂੰ ਬਚਪਨ ਤੋਂ ਜਾਣਦੀ ਹਾਂ ਹਾਂ ਤੁਸੀਂ ਵਿਗਾੜ ਦਿੱਤਾ ਹੋਵੇ ਵੱਖਰੀ ਗੱਲ ਹੈ ਚੈਰੀ ਨੇ ਉਸੇ ਤਰ੍ਹਾਂ ਹੱਸ ਕੇ ਆਖਿਆ ਪੂਜਾ ਪਾਠ ਕਰਨ ਵਾਲੀ ਤੇ ਪ੍ਰਭੂ ਤੋਂ ਡਰਨ ਵਾਲੀ ਉਸ औरत ਨੂੰ ਮੈਂ ਕਿ ਵਿਗਾੜ ਸਕਦਾ ਉਹਦੇ ਪੂਜਾ ਪਾਠ ਤੇ ਰੱਬ ਤੋਂ ਤਾਂ ਮੈਂ ਆਪ ਡਰਦਾ ਰਹਿਣਾ ਅੱਛਾ ਦੱਸੋ ਬੱਚਿਆਂ ਨੂੰ ਕੋਈ ਟੈਸਟ ਲਾਓਗੇ ਜਾਂ ਉਹ ਵੀ ਦਾਖਲਾ ਮਿਲ ਜਾਏਗਾ ਐਸਪੀ ਅਨੰਦ ਨੇ ਪੁੱਛਿਆ ਟੈਸਟ ਤਾਂ ਸਿਰਫ ਫਾਰਮੈਲिटीज ਨੇ ਮੈਂ ਇਹਨਾਂ ਦੀਆਂ ਟੀਚਰਾਂ ਕੋਲ ਛੱਡ ਆਉਣੀ ਆ ਜਿੰਨੇ ਦੇਰ ਹੀ ਟੈਸਟ ਦੇਣਗੇ ਆਪਾਂ ਬੈਠ ਕੇ ਜ਼ਿਆਦਾ ਕਾਪੀ ਲਾਂਗੇ ਆਖ ਦੀ ਚੈਰੀ ਖੜੀ ਹੋ ਗਈ ਤੇ ਬੱਚਿਆਂ ਨੂੰ ਦੂਜੇ ਕਮਰੇ 'ਚ ਛੱਡਣ ਲਈ ਚਲੀ ਗਈ ਐਸਪੀ ਅਨੰਦ ਚੈਰੀ ਨੂੰ ਨੀਜ ਨਾਲ ਵੇਖਦਾ ਰਿਹਾ ਸੀ ਸੋਚਣ ਲੱਗਿਆ ਵਰਿਆਂ ਦੇ ਬੀਤਣ ਨਾਲ ਹੀ ਸਭ ਹੋਰ ਨਿਖਰ ਆਈਏ ਉਮਰ ਕਈ ਲੋਕਾਂ ਦੇ ਕੋਲੋਂ ਗੁਣਾਂ ਦੀ ਲੰਘ ਜਾਂਦੀ ਹੈ ਖੁਸ਼ਕਿਸਮਤ ਹੈ ਦਾ ਪਤੀ ਇੰਨੀ ਹਸਮੁਖ ਹੈ ਤੇ ਇੰਟੈਲੀਜੈਂਟ ਵੀ ਵਾਈਪੀਐਸ ਵਾਲੇ ਟੀਚਰਾਂ ਚੰਗੀਆਂ ਰੱਖਦੇ ਨੇ ਫਿਰ ਉਹਨਾਂ ਫਿਰ ਉਹਨੂੰ ਚੈਰੀ ਦੇ ਘਰ ਵਾਲੇ ਪ੍ਰਕਾਸ਼ ਦਾ ਖਿਆਲ ਆਇਆ ਜਿਸ ਬਾਰੇ ਉਹਨੇ ਸੁਣਿਆ ਸੀ ਕਿ ਬੜਾ ਕਾਬਲ ਅਫਸਰ ਹੈ ਕਾਬਲੀਅਤ ਕੁਬਲੀਅਤ ਕੁਝ ਨਹੀਂ ਹੁੰਦੀ ਸਾਰਾ ਦਿਨ ਬਲਦ ਵਾਂਗੂ ਕੰਮ ਕਰਦੇ ਰਹੋ ਤਾਂ ਆਪਣੇ ਲੋਕ ਆਖਣ ਲੱਗ ਜਾਂਦੇ ਨੇ ਬੜਾ ਲਾਇਕ ਅਫਸਰ ਹੈ ਬੱਚਿਆਂ ਨੂੰ ਟੈਸਟਾਂ ਲਈ ਛੱਡ ਕੇ ਚੈਰੀ ਵਾਪਸ ਆ ਗਈ ਕੈਂਟੀਨ ਵਾਲਾ ਮੁੰਡਾ ਚਾਹ ਦੇ ਦੋ ਕੱਪ ਤੇ ਨਾਲ ਇੱਕ ਬਿਸਕਟਾਂ ਦਾ ਪੈਕੇਟ ਵੀ ਰੱਖ ਗਿਆ ਜਿੰਨਾ ਚਿਰ ਬੱਚੇ ਟੈਸਟ ਦਿੰਦੇ ਨੇ ਤੁਹਾਨੂੰ ਮਜਬੂਰਨ 15-20 ਮਿੰਟ ਇੱਥੇ ਬੈਠਣਾ ਪੈ ਗਿਆ ਚੈਰੀ ਬੁਲੀ ਮਜਬੂਰਨ ਕੀ ਇਹ ਤਾਂ ਮੇਰੀ ਖੁਸ਼ਕਿਸਮਤੀ ਹੈ ਕਿ ਚੈਰੀ ਦੀ ਕੰਪਨੀ ਮਿਲੀ ਹੈ ਤੁਹਾਡੇ ਬੱਚੇ ਕਿਹੜੀ ਕਲਾਸ ਨੇ ਐਸਪੀ ਆਨੰਦ ਨੇ ਪੁੱਛਿਆ ਇੱਕ ਨੌਵੀਂ ਚ ਇੱਕ ਸਤਵੀਂ ਚ ਬਹੁਤ ਲਾਇਕ ਹੋਣੇ ਨੇ ਤੁਹਾਡੇ ਵਾਂਗ ਐਸਪੀ ਆਨੰਦ ਬੋਲਿਆ ਮੇਰੀ ਵਾਂਗ ਨਹੀਂ ਆਪਣੇ ਡੈਡੀ ਵਾਂਗ ਖੁਸ਼ਕਿਸਮਤ ਹੋ ਚੈਰੀ ਜੀ ਬੱਚੇ ਵੀ ਲਾਇਕ ਮਿਲੇ ਨੇ ਤੇ ਬੱਚਿਆਂ ਦਾ ਡੈਡੀ ਵੀ ਪ੍ਰਕਾਸ਼ ਨੇ ਦਾ ਪ੍ਰਕਾਸ਼ ਹੀ ਰੱਖਣਾ ਹੈ ਪਰੇ ਇੱਕ ਮੁਹਾਵਰਾ ਹੋਰ ਵੀ ਐ ਦੀਵੇ ਥੱਲੇ ਨੇਰਾ ਸਾਰਾ ਪ੍ਰਕਾਸ਼ ਉਹਨਾਂ ਨੇ ਜੇਲ੍ਹ 'ਚ ਵੰਡਣ ਲਈ ਰੱਖਿਆ ਸਾਡੀ ਤਾਂ ਉਹਨਾਂ ਨੂੰ ਖਬਰ ਸਾਰੀ ਨਹੀਂ ਹੁੰਦੀ ਇਹ ਗੱਲ ਠੀਕ ਨਹੀਂ ਐਡੀ ਖੂਬਸੂਰਤ ਵਾਟੀ ਦੀ ਤਾਂ ਪਹਿਰੇਦਾਰੀ ਕਰਕੇ ਰੱਖਣੀ ਚਾਹੀਦੀ ਐਸਪੀ ਆਨੰਦ ਨੇ ਹੱਸ ਕੇ ਆਖਿਆ ਖੂਬਸੂਰਤੀ ਤਾਂ ਦੇਖਣ ਵਾਲਿਆਂ ਦੀਆਂ ਨਜ਼ਰਾਂ 'ਚ ਹੁੰਦੀ ਐ ਤੇ ਉਹ ਤਾਂ ਘਰ ਹੁੰਦੇ ਵੀ ਜੇਲ੍ਹਬਾਰੀ ਅਕੂਪਾਈਡ ਹੁੰਦੇ ਨੇ ਅੱਧੀ ਰਾਤ 'ਚ ਕਿਸੇ ਕੈਦੀ ਦੇ ਦੰਦ ਪੀੜ ਵੀ ਹੋਣ ਲੱਗ ਜਾਈ ਤਾਂ ਮੇ ਚੌਕੀਦਾਰ ਪਹਿਰੇਦਾਰ ਦਰੋਗਾ ਡਾਕਟਰ ਇਹਨਾਂ ਸਭ ਨਾਲੋਂ ਪਹਿਲਾਂ ਜੇਲਰ ਸਾਹਿਬ ਉੱਥੇ ਪਹੁੰਚੇ ਹੁੰਦੇ ਨੇ ਜੇ ਮੈਂ ਕੁਝ ਆਖਦੀ ਆਖਦੇ ਨੇ ਇੱਥੇ ਨਾ ਵਿਚਾਰਿਆਂ ਦਾ ਮੇਰੇ ਬਿਨਾਂ ਕੌਣ ਹੈ ਬੜੀ ਬਾਰੀ ਮੈਨੂੰ ਗੁੱਸਾ ਆਉਂਦਾ ਹੈ ਕਿ ਜੇਲ੍ਹ ਚ ਆਉਣ ਵਾਲੇ ਲੋਕ ਵਿਚਾਰੇ ਕਿਵੇਂ ਹੋਏ ਪਰ ਉਹ ਇਸ ਤਰ੍ਹਾਂ ਨਹੀਂ ਲੈਂਦੇ ਹਰ ਇੱਕ ਕੈਦੀ ਦੀ ਹਿਸਟਰੀ ਦਾ ਉਹਨਾਂ ਨੂੰ ਪਤਾ ਹੁੰਦਾ ਹੈ ਉਹਦੇ ਸਵੇਰ ਆਦਤਾਂ ਇੱਥੋਂ ਤੱਕ ਕਿ ਉਹਦੀਆਂ ਸੋਚਾਂ ਵੀ ਸਾਡੇ ਜੇਲਰ ਸਾਹਿਬ ਤੋਂ ਲੁਕੀਆਂ ਨਹੀਂ ਹੁੰਦੀਆਂ ਚੈਰੀ ਨੇ ਹੱਸ ਕੇ ਦੱਸਿਆ ਇਹੋ ਜਿਹੇ ਲੋਕਾਂ ਤੇ ਆਪਣਾ ਟਾਈਮ ਆਪਣੀ એનર્ਜੀ ਬਰਬਾਦ ਕਰਨ ਦੀ ਲੋੜ ਨਹੀਂ ਹੁੰਦੀ ਕਾਨੂੰਨ ਨੇ ਜਿਨ੍ਹਾਂ ਨੂੰ ਸਜ਼ਾ ਦੇ ਯੋਗ ਸਮਝਿਆ ਉਹਨਾਂ ਨਾਲ ਸਖਤੀ ਨਾਲ ਹੀ ਪੇਸ਼ ਆਉਣਾ ਚਾਹੀਦਾ ਨਹੀਂ ਤੇ ਮੁੜ ਕੇ ਫਿਰ ਕਰਾਈਮ ਵੱਲ ਜਾਣ ਦੀ ਸੰਭਾਵਨਾ ਰੱਖਦੇ ਹੁੰਦੇ ਨਹੀਂ ਐਸਪੀ ਆਨੰਦ ਨੇ ਦੱਸਿਆ ਇਹਨਾਂ ਦੇ ਜੇਲ ਸਬਡੈਂਟ ਬਣਨ ਤੋਂ ਪਹਿਲਾਂ ਕੈਦੀਆਂ ਨੂੰ ਸ਼ਾਮ ਦੀ ਚਾਹ ਨਹੀਂ ਸੀ ਮਿਲਦੀ ਨਾਲ ਭੁਜੇ ਹੋਏ ਛੋਲੇ ਨਹੀਂ ਸੀ ਮਿਲਦੇ ਦਾਤਣਾ ਨਹੀਂ ਸੀ ਮਿਲਦੀਆਂ ਨਹਾਉਣ ਲਈ ਸਾਬਣ ਤੇ ਤੇਲ ਨਹੀਂ ਸੀ ਮਿਲਦਾ ਜੇ ਕੋਈ ਬਿਮਾਰ ਠਮਾਰ ਹੋ ਜਾਂਦਾ ਤਾਂ ਜੇਲ੍ਹ ਦਾ ਡਾਕਟਰ ਹੀ ਮਾੜੀ ਮੁੱਢੀ ਦਵਾਈ ਦਾ ਰੁੱਦੇ ਛੱਡਦਾ ਆਰਾਮ ਭਾਵੇਂ ਆਵੇ ਭਾਵੇਂ ਨਾ ਆਵੇ ਇਹ ਹਮੇਸ਼ਾ ਰਜਿੰਦਰਾ ਹਸਪੀਟਲ ਭੇਜਣਗੇ ਤੇ ਪੂਰਾ ਇਲਾਜ ਕਰਵਾਉਣਗੇ ਗੱਲਾਂ ਮਾੜੀਆਂ ਨਹੀਂ ਪਰ ਦੇਖਣਾ ਚਾਹੀਦਾ ਹੈ ਕਿ ਉਹ ਇਹ ਸਭ ਕੁਝ ਡਿਜ਼ਰਵ ਵੀ ਕਰਦੇ ਨੇ ਕਿ ਨਹੀਂ ਐਸਪੀ ਆਨੰਦ ਬੋਲਿਆ ਇਹ ਤਾਂ ਤੁਹਾਡੀ ਪੁਲਸੀਆਂ ਵਾਲੀ ਦ੍ਰਿਸ਼ਟੀ ਹੈ ਪਰ ਉਹ ਇਹ ਨਹੀਂ ਸੋਚਦੇ ਚੈਰੀ ਬੋਲੇ ਮੈਂ ਮਹਾਤਮਾ ਗਾਂਧੀ ਬਣਨ ਚਾਹੀਏ ਯਕੀਨ ਨਹੀਂ ਰੱਖਦਾ ਪੁਲਿਸ ਨਾ ਹੋਵੇ ਤਾਂ ਸਮਾਜ ਵਿੱਚ ਕਯੋਸ ਮਚ ਜਾਵੇ ਚਲੋ ਛੱਡੋ ਇਹ ਗੱਲਾਂ ਤੁਸੀਂ ਹੋਰ ਕੀ ਹੌਬੀਜ਼ ਰੱਖੀਆਂ ਹੋਈਆਂ ਨੇ ਐਸਪੀ ਆਨੰਦ ਨੇ ਚਾਹ ਦੀ ਕੁੱਟ ਪਰ ਦੇ ਅੰਚੈਰੀ ਨੂੰ ਪੁੱਛਿਆ ਵਿਆਹ ਤੋਂ ਪਹਿਲਾਂ ਚੰਗਾ 뮤직 ਸੁਣਨ ਚੰਗੀਆਂ ਫਿਲਮਾਂ ਦੇਖਣੀਆਂ ਚੰਗੀਆਂ ਕਿਤਾਬਾਂ ਪੜ੍ਹਨੀਆਂ ਚੰਗੇ ਲੋਕਾਂ ਨੂੰ ਮਿਲਣਾ ਹੌਬੀਜ਼ ਰੱਖੀਆਂ ਸਨ ਪਰ ਵਿਆਹ ਤੋਂ ਮਗਰੋਂ ਨਿਰੀ ਦਿਹਾੜੀਦਾਰ ਬਣ ਗਈਆਂ ਸਵੇਰੇ ਉੱਠ ਕੇ ਆਪ ਤਿਆਰ ਹੋ ਬੱਚਿਆਂ ਨੂੰ ਤਿਆਰ ਕਰੋ ਸਕੂਲ ਆ ਜਾਓ ਸਾਰਾ ਦਿਨ ਸਕੂਲ ਸਕੂਲ ਲੰਗਾਓ ਫਿਰ ਘਰ ਜਾ ਕੇ ਕੁਝ ਖਾ ਪੀ ਕੇ ਬੱਚਿਆਂ ਨੂੰ ਹੋਮਵਰਕ ਕਰਾਓ ਘਰ ਬਾਹਰ ਨੂੰ ਦੇਖੋ ਸਾਬ ਨੂੰ ਡੀਕੋ ਖਾਣਾ ਖਾ ਕੇ ਬੱਚਿਆਂ ਨੂੰ ਸੁਲਾ ਕੇ ਕੁਝ ਪੜਨ ਜਾਂ ਸੁਣਨ ਦੇ ਵੇਲੇ ਸਾਬ ਆਪਣੇ ਕੋਈ ਨਾ ਕੋਈ ਜੇਲ੍ਹ ਦੀ ਰਾਮ ਕਹਾਣੀ ਲੈ ਬੈਠਦੇ ਨੇ ਨਾ ਸੁਣੋ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਮੇਰੀ ਉਹਨਾਂ ਦੇ ਕੰਮ 'ਚ ਕੋਈ ਦਿਲਚਸਪੀ ਨਹੀਂ ਸੁਣੋ ਤਾਂ ਕ੍ਰਿਮੀਨਲਜ਼ ਦੀ ਦੁਨੀਆ 'ਚ ਪਾਉਂਦੇ ਰਹੋ ਹਰ ਕੇ ਮੈਂ ਤਾਂ ਆਖ ਦਿੱਤਾ ਵੀ ਡਾਇਰੀ ਲਿਖਿਆ ਕਰੋ ਮੈਨੂੰ ਤਾਂ ਇਹ ਹੁੰਦਾ ਹੈ ਚੈਰੀ ਜੀ ਜਿਵੇਂ ਰੱਬ ਸਾਡਾ ਸਾਰਿਆਂ ਦਾ ਬੇਕੂਪ ਬਣਾਉਂਦਾ ਹੈ ਹਰ ਇੱਕ ਬੰਦਾ ਆਪਣੇ ਦੁਆਲੇ ਇੱਕ ਚੱਕਰ ਚ ਘੁੰਮਦਾ ਰਹਿੰਦਾ ਹੈ ਕਿਸੇ ਨੂੰ ਲੀਡਰੀ ਦਾ ਚੱਕਰ ਕਿਸੇ ਨੂੰ ਕਮਾਈ ਦਾ ਚੱਕਰ ਕਿਸੇ ਨੂੰ ਸ਼ੋਹਰਤ ਦਾ ਚੱਕਰ ਕਿਸੇ ਨੂੰ ਆਸ਼ੀਸ਼ ਦਾ ਚੱਕਰ ਕੋਈ ਧਨ ਕਮਾਉਣਾ ਚਾਹੁੰਦਾ ਕੋਈ ਨਾਮ ਕਮਾਉਣਾ ਚਾਹੁੰਦਾ ਕੋਈ ਦੁਨੀਆ ਨੂੰ ਤੇ ਕੋਈ ਰੱਬ ਨੂੰ ਆਪਣੇ ਵਾਸ ਕਰਨਾ ਚਾਹੁੰਦਾ ਜਿੱਡਾ ਕੋਈ ਬੰਦਾ ਹੁੰਦਾ ਓਡਾ ਹੀ ਉਹਦਾ ਚੱਕਰ ਬਣ ਜਾਂਦਾ ਹੁਣ ਸਾਡੀ ਪੂਜਾ ਨੂੰ ਹੀ ਲੈ ਲੋ ਇਹ ਸੋਚਦੀ ਆਪਣੀ ਪਾਠ ਪੂਜਾ ਨਾਲ ਉਹ ਰੱਬ ਨੂੰ ਹੀ ਧਰਤੀ ਤੇ ਲਾ ਲਿਆਏਗੀ ਐਸਪੀ ਆਨੰਦ ਨੇ ਹੱਸ ਕੇ ਆਖਿਆ ਬੰਦੇ ਨੂੰ ਸ਼ਾਂਤੀ ਮਿਲਣੀ ਚਾਹੀਦੀ ਹੈ ਜੇ ਪੂਜਾ ਨੂੰ ਪਾਠ ਪੂਜਾ ਚੋਂ ਸ਼ਾਂਤੀ ਮਿਲਦੀ ਹੈ ਇਹ ਵੀ ਕਿਹੜੀ ਮਾੜੀ ਗੱਲ ਹੈ ਚੈਰੀ ਬੋਲੀ ਚੈਰੀ ਜੀ ਕਿਸੇ ਨੂੰ ਵੀ ਆਪਣੀਆਂ ਚੰਗਿਆਈਆਂ ਨਾਲ ਦੂਸਰੇ ਨੂੰ ਛੋਟਾ ਦਿਖਾਉਣ ਦਾ ਅਧਿਕਾਰ ਨਹੀਂ ਹਰ ਇੱਕ ਨੂੰ ਆਪਣੀ ਮਰਜ਼ੀ ਨਾਲ ਜਿਉਣ ਦਾ ਹੱਕ ਹੈ ਪੱਛਮ ਦੇ ਲੋਕ ਇਸ ਗੱਲੋਂ ਚੰਗੇ ਨੇ ਕੋਈ ਕਿਸੇ ਨੂੰ ਕੁਝ ਨਹੀਂ ਆਖਦਾ ਜਿਵੇਂ ਕਿਸੇ ਦਾ ਜੀ ਕਰਦਾ ਓਵੇਂ ਅਗਲਾ ਜੀ ਛੱਡਦਾ ਇੱਥੇ ਪੂਜਾ ਭਾਵੇਂ ਮੂੰਹੋਂ ਕੁਝ ਨਾ ਕਹੇ ਉਹਦੇ ਚਿਹਰੇ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਉਹਨੂੰ ਪਸੰਦ ਨਹੀਂ ਇੰਉਂ ਤਾਂ ਦੂਜਾ ਬੰਦਾ ਤੁਹਾਡੀ ਪਸੰਦ ਦੇ ਪਿੱਛੇ ਤੁਰਦਾ ਆਪਣੇ ਆਪ ਨੂੰ ਹੀ ਭੁਲਾ ਲੈਂਦਾ ਹੈ ਇਹ ਅਨਿਆ ਹੈ ਐਸਪੀ ਆਨੰਦ ਨੇ ਦੱਸਿਆ ਤੁਸੀਂ ਤਾਂ ਗੂੜੀਆਂ ਗੱਲਾਂ ਕਰਨ ਲੱਗ ਪਿਓ ਮੈਂ ਦੇਖਾਂ ਜੀ ਬੱਚਿਆਂ ਦਾ ਟੈਸਟ ਮੁੱਕ ਗਿਆ ਚੈਰੀ ਨੇ ਉਠਦੇ ਆਖਿਆ ਤੁਹਾਡੇ ਕੋਲ ਬੈਠਿਆਂ ਪਤਾ ਹੀ ਨਹੀਂ ਲੱਗਿਆ ਵਕਤ ਕਿੰਨੀ ਛੇਤੀ ਲੰਘ ਗਿਆ ਐਸਪੀ ਆਨੰਦ ਨੇ ਚੈਰੀ ਨੂੰ ਜਾਂਦੀ ਨੂੰ ਆਖਿਆ ਚੈਰੀ ਬੱਚਿਆਂ ਨੂੰ ਲੈਣ ਚਲੀ ਗਈ ਐਸਪੀ ਆਨੰਦ ਨੂੰ ਲੱਗਿਆ ਕਿ ਪਤਾ ਨਹੀਂ ਇਹ ਔਰਤ ਬਹੁਤ ਚਲਾਕ ਹੈ ਜਾਂ ਬਹੁਤ ਫੋੜੀ ਹੈ ਖੈਰ ਜੋ ਵੀ ਹੈ ਇੰਟਰਸਟਿੰਗ ਹੈ ਬੱਚੇ ਟੈਸਟ ਵਿੱਚ ਤਾਂ ਪਾਸ ਹੋ ਗਏ ਸਨ ਚੈਰੀ ਨੇ ਐਸਪੀ ਆਨੰਦ ਨੂੰ ਪ੍ਰਿੰਸੀਪਲ ਦੀ ਸਲਿੱਪ ਦਿੱਤੀ ਤੇ ਆਖਿਆ ਆਫਿਸ ਜਾ ਕੇ ਫੀਸ ਫੀਸਾਂ ਭਰਾ ਦਿਓ ਮੈਂ ਚਲਦੀ ਹਾਂ ਮੇਰੇ ਪੀਰੀਅਡ ਦਾ ਵੇਲਾ ਹੋ ਗਿਆ ਉਹਨੇ ਘੜੀ ਵੱਲ ਦੇਖਦੀ ਨੇ ਆਖਿਆ ਅੱਛਾ ਚੈਰੀ ਜੀ ਬਹੁਤ-ਬਹੁਤ ਸ਼ੁਕਰੀਆ ਅਸੀਂ ਆਵਾਂਗੇ ਕਿਸੇ ਦਿਨ ਤੁਹਾਡੇ ਵੱਲ ਤੁਹਾਨੂੰ ਆਪਣੇ ਘਰ ਇਨਵਾਈਟ ਕਰਨ ਤੇ ਨਾਲ ਹੀ ਪ੍ਰਕਾਸ਼ ਜੀ ਨੂੰ ਮਿਲਿਆ ਠੀਕ ਹੈ ਆਖਦੀ ਮੁਸਕਰੌਂਦੀ ਚੇਰੀ ਬਾਹਰ ਲੰਘੀ ਚੱਲਦਾ